2022 ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕੰਡਕਟਡ ਬੀਐਡ ਐਂਟਰੈਂਸ ਟੈਸਟ ਉਸ ਦਾ ਪਹਿਲਾ ਸੈਕਸ਼ਨ ਹੈ 30 ਕੁਐਸਚਨ ਹੈ ਜਨਰਲ ਨੌਲੇਜ ਦਾ ਜਨਰਲ ਅਵੇਅਰਨੈਸ ਦਾ ਇਹ ਵੀਡੀਓ ਦੇ ਕੁਐਸਚਨ ਸ਼ਾਇਦ ਤੁਸੀਂ ਆਲਰੇਡੀ ਸੋਲਵ ਕਰ ਲਏ ਹੋਣਗੇ ਪਰ ਇਸ ਵੀਡੀਓ 'ਚ ਖਾਸੀਅਤ ਕੀ ਹੋਏਗੀ ਕਿ ਜਿਹੜੇ ਪੋਰਸ਼ਨ ਮੈਂ ਜਿੰਨੇ ਵੀ ਪ੍ਰੈਕਟਿਸ ਸੈੱਟ ਬਣਾਏ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਸ ਸੈੱਟ ਨੂੰ ਦੇਖਦੇ ਹੋਏ ਬਣਾਏ ਨੇ ਕਿਉਂਕਿ ਕਾਰਨ ਹੈ ਕਿ ਇਹ ਅਗਲਾ ਜਿਹੜਾ ਐਗਜ਼ਾਮ ਹੈ ਉਹ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੰਡਕਟ ਕਰ ਰਹੀ ਹੈ ਅਤੇ ਉਹ ਪੇਪਰ ਸੈਟਰ ਦੇ ਮਾਈਂਡ ਨੂੰ ਪੜਿਆ ਜਾ ਸਕਦਾ ਹੈ ਔਰ ਪੇਪਰ ਸੈਟਰ ਪਿਛਲਾ ਪੇਪਰ ਵੇਖਦਾ ਹੈ ਇਹ ਵੀ ਹੁੰਦਾ ਹੈ ਅਤੇ ਦੂਸਰੀ ਗੱਲ ਹੈ ਕਿ ਜਿਹੜੇ ਪੋਰਸ਼ਨ ਮੈਂ ਕਵਰ ਨਹੀਂ ਕਰ ਸਕਿਆ ਕਿਉਂਕਿ ਟਾਈਮ ਘੱਟ ਰਹਿ ਗਿਆ ਸੀ ਅਤੇ ਵੀਡੀਓ ਉਹ ਨੋ ਡਾਊਟ ਮੈਟਰ ਕੱਢਿਆ ਪਿਆ ਲੇਕਿਨ ਉਹ ਵੀਡੀਓ ਨਹੀਂ ਅਪਲੋਡ ਜਾਂ ਹੋ ਸਕੀਆਂ ਜਾਂ ਤੁਹਾਡੇ ਤੱਕ ਨਹੀਂ ਮੈਂ ਬਣਾ ਸਕਿਆ ਅਤੇ ਉਹਨਾਂ ਨੂੰ ਬਰੀਫ ਵਿੱਚ ਸਿਰਫ ਉਹਨਾਂ ਦੇ ਮੇਨ ਕੁਐਸਚਨ ਇਹਦੇ ਵਿੱਚ ਨਾਲ ਨਾਲ ਡਿਸਕਸ ਕੀਤੇ ਜਾਂਦੇ ਆ ਲਗਭਗ 50 ਤੋਂ 100 ਦੇ ਕਰੀਬ ਕੁਐਸਚਨ ਦੇ ਆਨਸਰ ਇਹ 'ਚ ਡਿਸਕਸ ਹੋਣਗੇ ਜਿਹੜੇ ਸੌਖੇ ਨੇ ਉਹ ਜਲਦੀ ਨਾਲ ਨਾਲ ਇਸ ਦੇ ਕੀ ਕਰਾਂਗੇ ਕਿ ਸਟ੍ਰੈਟੇਜੀਜ਼ ਨੂੰ ਨਾਲ ਇੰਟੈਗਰੇਟ ਕਰਾਂਗੇ ਸਟ੍ਰੈਟੇਜੀਜ਼ ਕਿ ਰਾਈਟ ਆਨਸਰ ਤੱਕ ਕਿਸ ਤਰ੍ਹਾਂ ਪਹੁੰਚਣਾ ਹੈ ਪਹਿਲਾ ਕੁਐਸਚਨ ਹੈ ਭਾਰਤ ਦੇ ਰਾਸ਼ਟਰਪਤੀ ਜਿਸ ਦੀ ਚੋਣ ਮੰਡਲ ਦੁਆਰਾ ਚੁਣਿਆ ਜਾਂਦਾ ਹੈ ਉਸ ਵਿੱਚ ਸ਼ਾਮਲ ਹੁੰਦੇ ਨੇ ਕਿਹੜੇ ਮੈਂਬਰ ਸੰਸਦ ਦੇ ਸਾਰੇ ਮੈਂਬਰ ਮਤਲਬ ਸਾਰੇ ਮੈਂਬਰ ਇਹ ਡਿਲੀਟ ਹੋ ਰਿਹਾ ਹੈ ਮੈਂ ਐਲੀਮੀਨੇਸ਼ਨ ਮੈਥਡ ਅਪਣਾ ਰਿਹਾ ਹਾਂ ਜਿਹੜਾ ਮੈਨੂੰ ਲੱਗਦਾ ਹੈ ਬਿਲਕੁਲ ਗਲਤ ਹੋਏਗਾ ਡਿਲੀਟ ਕਰ ਰਿਹਾ ਹਾਂ ਦੂਸਰਾ ਸੰਸਦ ਦੇ ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਇਹ ਥੋੜ੍ਹਾ ਕੁਐਸਚਨ ਮਾਰਕ ਹੈ ਪੋਸੀਬਿਲਟੀ ਹੈ ਠੀਕ ਹੋ ਸਕਦਾ ਹੈ ਸੰਸਦ ਦੇ ਮੈਂਬਰ ਰਾਜ ਵਿਧਾਨ ਸਭਾਵਾਂ ਦੇ ਮੈਂਬਰ ਅਤੇ ਮੈਂਬਰ ਆਫ ਪਾਰਲੀਮੈਂਟ ਸਟੇਟ ਲੈਜਿਸਲੇਟਿਵ ਅਸੈਂਬਲੀ ਐਂਡ ਲੈਜਿਸਲੇਟਿਵ ਕੌਂਸਲ ਇਸ 'ਤੇ ਵੀ ਕੁਐਸਚਨ ਮਾਰਕ ਲੱਗ ਰਿਹਾ ਹੈ ਇਹ ਸੰਸਦ ਦੇ ਰਾਜ ਵਿਧਾਨ ਸਭਾਵਾਂ ਦੇ ਸਾਰੇ ਮੈਂਬਰ ਮੇਰੇ ਖਿਆਲ 'ਚ ਇਸ ਨੂੰ ਵੀ ਡਿਲੀਟ ਕੀਤਾ ਜਾਵੇ ਮੈਂ ਐਲੀਮੀਨੇਸ਼ਨ ਮੈਥਡ ਨਾਲ ਦੋ ਰਾਈਟ ਆਨਸਰ ਦੇ ਕਰੀਬ ਪਹੁੰਚਿਆ ਹਾਂ ਇਹਨਾਂ ਵਿੱਚੋਂ ਉਹ ਸ਼ਬਦ ਲੱਭਣ ਲੱਗਾ ਹਾਂ ਜਿਹੜਾ ਸਭ ਤੋਂ ਨੇੜੇ ਹੋ ਸਕਦਾ ਹੈ ਉਹ ਲੱਗਦਾ ਹੈ ਮੈਨੂੰ ਇਲੈਕਟਡ ਮੈਂਬਰ ਦੇ ਕਰਕੇ ਮੈਂ ਬੀ ਨੂੰ ਰਾਈਟ ਟਿਕ ਕਰ ਰਿਹਾ ਹਾਂ ਇਸ ਤੋਂ ਇਲਾਵਾ ਮੈਂ ਇਹ ਸਟ੍ਰੈਟੇਜੀ ਅਪਣਾ ਸਕਦਾ ਸੀ ਇਹ ਕੁਐਸਚਨ ਨੂੰ ਸੋਲਵ ਕਰਦੇ ਹੋਏ ਇਸ ਨਾਲ ਸੰਬੰਧਿਤ ਵੀਡੀਓ ਤੁਹਾਨੂੰ ਮਿਲਣਗੀਆਂ ਐਗਜ਼ਾਮਪਲ ਇਹੀ ਮਿਲਣਗੀਆਂ ਉਹਦੇ ਵਿੱਚ ਕੀ ਹੈ ਕਿ ਮੈਨੂੰ ਲੱਗਾ ਹੈ ਕਿ ਇਹ ਸ਼ਾਰਟ ਟੇਲ ਹੈ ਅਤੇ ਇਹਦੇ ਕਰਕੇ ਵੀ ਮੈਂ ਇਹਨੂੰ ਰਿਜੈਕਟ ਕੀਤਾ ਇਹ ਵੀ ਇਹਨਾਂ ਨਾਲੋਂ ਰਿਲੇਟਿਵਲੀ ਆਲ ਮੈਂਬਰ ਕਰਕੇ ਅਤੇ ਰਿਲੇਟਿਵਲੀ ਸ਼ਾਰਟ ਕਰਕੇ ਇਸਨੂੰ ਕਰ ਰਿਹਾ ਹੈ ਮਿਡਲ 'ਤੇ ਤਾਂ ਵੀ ਫੋਕਸ ਕੀਤਾ ਸੋ ਮੈਂ ਇਹਨਾਂ ਲੰਬੀਆਂ ਪੂੰਛ ਵਾਲੀਆਂ ਹਾਂ ਜੋ ਆਪਸ਼ਨ ਸੀ ਉਹਨਾਂ ਦੇ ਵਿੱਚੋਂ ਹਿੰਟ ਇੱਕ ਲੱਭ ਕੇ ਰਾਈਟ ਆਪਸ਼ਨ 'ਤੇ ਪਹੁੰਚ ਗਿਆ ਜੇ ਮੇਰੇ ਕੋਲ ਨੌਲੇਜ ਨਹੀਂ ਸੀ ਹਾਓ ਮੈਨੀ ਐਮ ਪੀਜ਼ ਰੀਪ੍ਰਜੈਂਟ ਪੰਜਾਬ ਸਟੇਟ ਰਾਜ ਸਭਾ ਇਹ ਇੱਕ ਵੀਡੀਓ ਦੇ ਵਿੱਚ ਇਸ ਨਾਲ ਰਿਲੇਟਡ ਸਾਰੇ ਕੁਐਸਚਨ ਪਾ ਦਿੱਤੇ ਗਏ ਨੇ ਪੰਜਾਬ ਬੇਸਿਕ ਕਰਕੇ ਹੈ ਸੋ ਮੇਰੇ ਖਿਆਲ 80 ਤੋਂ 90 ਦੇ ਕਰੀਬ ਵਿੱਚ ਉਹਦੇ ਵਿੱਚ ਇਹ ਕੁਐਸਚਨ ਆ ਰਹੇ ਨੇ ਇਹ ਉਹਨਾਂ ਵਿੱਚ ਕਵਰ ਹੋ ਰਹੇ ਨੇ ਦੈਟ ਇਜ਼ ਵਾਈ ਇੱਥੇ ਜ਼ੋਰ ਨਹੀਂ ਦੇਵਾਂਗਾ ਰਾਜ ਸਭਾ ਐਮ ਪੀਜ਼ ਕਿੰਨੇ ਆ ਸਾਡੇ 13 ਹਾਓ ਮੈਨੀ ਡਿਸਟ੍ਰਿਕਟਸ ਕਿੰਨੀਆਂ ਨੇ 23 ਡਿਸਟ੍ਰਿਕਟਸ ਨੇ ਇਹ ਵੀ ਪੰਜਾਬ ਵਾਲੇ 'ਚ ਕਵਰ ਹੋਈਆਂ ਹੋਈਆਂ ਨੇ 23 ਡਿਸਟ੍ਰਿਕਟ ਹੈ ਲਾਸਟ ਡਿਸਟ੍ਰਿਕਟ ਕਿਹੜੀ ਬਣੀ ਸੀ ਮਲੇਰਕੋਟਲਾ ਡਿਸਕਸ ਨਹੀਂ ਕਰਾਂਗੇ ਰਿਪੀਟ ਹੋਏਗਾ ਕਿਉਂਕਿ ਉਹਦੇ ਵਿੱਚ ਇਹ ਸਭ ਕੁਝ ਡਿਸਕਸ ਕਰ ਚੁੱਕੇ ਹਾਂ ਚੌਥਾ ਕੁਐਸਚਨ ਹੈ ਹੂ ਵਾਜ਼ ਦ ਡਿਜ਼ਾਈਨਰ ਐਂਡ ਆਰਕੀਟੈਕਟ ਆਫ ਚੰਡੀਗੜ੍ਹ ਚੰਡੀਗੜ੍ਹ 'ਤੇ ਮੈਟਰ ਕੱਢਿਆ ਪਿਆ ਕੁਐਸਚਨ ਨਹੀਂ ਬਣ ਸਕੇ ਟਾਈਮ ਲੱਗਦਾ ਹੈ ਸੋ ਰਾਈਟ ਆਨਸਰ ਬੇਸ਼ੱਕ ਅਸੀਂ ਚੰਡੀਗੜ੍ਹ ਤੋਂ ਇੱਕ ਉਹ ਰੱਖਿਆ ਹੋਇਆ ਸੀ ਚੰਡੀਗੜ੍ਹ ਤਾਂ ਸੀ ਟੂ ਚੰਡੀਗੜ੍ਹ ਸੀ ਟੂ ਕੌਰ ਬਰੂਸਰ ਹੈ ਨਾ ਇਸ ਤਰ੍ਹਾਂ ਇਹਨੂੰ ਜੋੜ ਕੀਤਾ ਹੋਇਆ ਸੀ ਲੈ ਕੌਰ ਬਰੂਸਰ ਆ ਗਿਆ ਚੰਡੀਗੜ੍ਹ ਇੰਨੀ ਗੱਲ ਹੈ ਨੇਕ ਚੰਦ ਨੇ ਤਾਂ ਉਹ ਜਿਹੜਾ ਸੀ ਇਹਦੇ ਬਾਰੇ ਡਿਟੇਲ ਅਸੀਂ ਹੁਣੇ ਪੜ੍ਹ ਲੈਂਦੇ ਹਾਂ ਕਿ ਚੰਡੀਗੜ੍ਹ ਦੀ ਬਾਰੇ ਜਿਹੜਾ ਕੁਐਸਚਨ ਨਹੀਂ ਬਣਾ ਸਕੇ ਜੋ ਇਸ ਵੀਡੀਓ 'ਚ ਮੈਂ ਸ਼ਾਮਿਲ ਕਰਨਾ ਚਾਹੁੰਦਾ ਇੱਥੇ ਹੋਰ ਕੁਐਸਚਨ ਚੰਡੀਗੜ੍ਹ 'ਤੇ ਜਿਹੜੇ ਆ ਸਕਦੇ ਆ ਉਹ ਜਲਦੀ ਨਾਲ ਅੰਡਰਲਾਈਨ ਵੀ ਨਹੀਂ ਕਰਾਂਗਾ ਸਿਰਫ ਪੜ੍ਹਾਂਗਾ ਯੂਨੀਅਨ ਟੈਰੀਟਰੀ ਚੰਡੀਗੜ੍ਹ ਕਦੋਂ ਬਣਿਆ ਜਦੋਂ ਪੰਜਾਬ ਬਣਿਆ ਪੰਜਾਬ ਦਾ ਕਦੋਂ ਬਣਿਆ ਮਾਡਰਨ ਪੰਜਾਬ ਉਹ ਉਸ ਵੀਡੀਓ 'ਚ ਵੀ ਡਿਸਕਸ ਕੀਤਾ ਹੈ ਨਵੰਬਰ 1, 1966 ਇਟ ਮੀਨਸ ਚੰਡੀਗੜ੍ਹ ਅੱਛਾ ਚੰਡੀਗੜ੍ਹ ਦੀ ਡਿਵੀਜ਼ਨ ਕਿਉਂ ਕੀਤੀ ਕਿਉਂਕਿ ਇੱਕ ਪਾਸੇ ਵੱਲ ਬੋਲੀ ਅਤੇ ਦੂਸਰੇ ਪਾਸੇ ਦੀ ਭਾਸ਼ਾ ਵਿੱਚ ਫਰਕ ਸੀ ਇਟ ਮੀਨਸ ਜੇ ਕੁਐਸਚਨ ਪੁੱਛਿਆ ਜਾਵੇ ਕਿਸ ਬੇਸ 'ਤੇ ਕਲਚਰਲ ਡਿਫਰੈਂਸ ਅਤੇ ਜੋਗ੍ਰਾਫਿਕਲ ਅਤੇ ਲੈਂਗੁਏਜ ਡਿਫਰੈਂਸ ਅਤੇ ਲੈਂਗੁਏਜ ਡਿਫਰੈਂਸਿਸ ਇਜ਼ ਦਾ ਰਾਈਟ ਆਨਸਰ ਹੋਏਗਾ ਔਨ ਦੀ ਬੇਸਿਸ ਆਫ ਲਿੰਗੁਇਸਟਿਕ ਡਿਫਰੈਂਸਿਸ ਟੋਟਲ ਲਾਈਨ ਨਹੀਂ ਮੈਂ ਪੜ੍ਹਾਂਗਾ ਸੈਂਟਰਲ ਆਈਡੀਆ ਦੱਸਾਂਗਾ ਸਭ ਤੋਂ ਜ਼ਿਆਦਾ ਇਹ ਕੁਐਸਚਨ ਪੁੱਛੇ ਜਾਂਦੇ ਨੇ ਇਹਨੂੰ ਕਲਿੱਕ ਕਰ ਸਕਦੇ ਹੋ
उहदे विच दो तीन क्वेश्चन मोस्टली रिपीट होंदे आ। डिजाइन किहदे द्वारा किया गया, करलो ले ले करलो क्रोबरूसर है ना, यह हो गया। ये आर्कीटेक्चर कितों के सी, क्वेश्चन बी एड विच ते होर पेपर विच बड़ी बार पूछा गया है कि आर्कीटेक्चर कितों के सी। तुसी किद्दां याद रख सकते हो कि चंडीगढ़ तो सी, सी तो कॉर्बरूसर, कॉर्बरूसर तो दे एस तो स्विट्जरलैंड, स्विट्जरलैंड तो कॉर्बरूसर आए तो उन्होंने डिजाइन किया स्विट्जरलैंड ते फ्रेंच तो। नंबर नाल इसनों एसोसिएट कर सकते हाँ। अच्छा, चीफ आर्कीटेक्ट रिस्पोंसिबल फॉर सिटीज वैल प्लैंड लेआउट एंड मॉडर्न आर्कीटेक्ट, मेन दो तीन यही क्वेश्चन ये बार बार पूछे जाते हैं। नैक्सट चंडीगढ़ का पॉइंट जो क्वेश्चन पूछे जा सकते हैं, मोस्ट इंपॉर्टेंट, द सिटी ब्यूटीफुल किसनों कहा जाता है चंडीगढ़ नू, कैपीटोल कंपलैक्स केड़ी सिटी सब तो ज़्यादा पंजाब दे नेड़े जा पंजाब दी जा पंजाब हरियाणा जा नॉर्दन इंडिया दी, केड़ी कैपीटोल कंपलैक्स चंडीगढ़ मशहूर है। कैपीटोल कंपलैक्स भी गवर्नमेंट दे जेड़े बिल्डिंग है मेन है, हाई कोर्ट है, सैक्रेटरीएट है, लैजिस्लेटिव असैम्बली है, सब कुछ चंडीगढ़ है। पंजाब ते हरियाणा का इकट्ठी राजधानी है। हाँ, एक ने बड़ा नेक बंदा आया जिन्हें चंद चाड़िया कि एक रॉक गार्डन बनाया, रॉक गार्डन वेस्ट मटीरियल का बनाया है ना, रीसाइकल मटीरियल का। सो ये मेरे ख्याल वैसे ही सानू याद हो जाना चाहिए है। नैक्सट है सुखना लेक है, मैन मेड लेक है ये चंडीगढ़ की, नेचर ने नहीं बनाई, असी खुद बनाई है। एजुकेशन की हब है, मेन नहीं है। इंडिया की सब तो फस्ट पहली प्लैन सिटी केड़ी है चंडीगढ़, मेरे ख्याल इंट्रस्टिंग ने इस तरह याद होने चाहिए हैं है ना। एडमिनिस्ट्रेशन के है स्टेट का, पंजाब का, हरियाणा का, सेंटर का, सेंट्रल गवर्नमेंट का है ना। दैट इज़ वाई इसे जी स्थापित यूनीवर्सिटी है उसका चांसलर जोड़ा है वो वाइस प्रेजिडेंट मतलब सेंटर तो होएगा। जी पंजाब एसटैबलिश पंजाबी यूनिवर्सिटी गुरु नानक देव यूनिवर्सिटी इसका चांसलर नॉट वाइस चांसलर वो गवर्नर होएगा। अच्छा, ये कितने स्थित है, शिवालिक रेंज ऑफ हिमालय के फुट हिल्स विच है ना, वो शिवालिक रेंज ऑफ हिमालय के पैर की रेंज विच ये शामिल है। सो ये चंडीगढ़ के कुछ क्वेश्चन से जोड़े बनते सी, वापस चलते हाँ। नैक्सट क्वेश्चन है विच इंडियन करंसी नोट हैज़ इमेज ऑफ मंगलयान, इतने भी मैटर कढ़िया पिया नोटा पढ़ पढ़ के, लेकिन क्वेश्चन जो वीडियो अपलोड नहीं हो सकिया। सो ब्रीफ मैं डिस्कस कर लगा, इतने 2000 का नोट है, यदि डिटेल देख लें, ये 8-10 क्वेश्चन जोड़े बनते हैं। नोटा का फोकस जोड़े क्वेश्चन आते हैं वो डिनोमीनेशन सिंबल सिक्योरिटी फीचर से हिस्टोरिकल बैकग्राउंड है, लेकिन नोट की छपाई लैंग्वेज कि इमेज है ना, महात्मा गांधी सीरीज़ ये चीज़ा ते क्वेश्चन आते हैं। एन आई आर रूपी का इंडियन, आई एन इंडियन और रूपी का आर ये लिया गया है। सिंबल साडा जिहड़ा है ये कदों डिजाइन होया, क्वेश्चन पूछा जा सकता है। 2010 विच देवनागरी का ररा और लेटिन का आर लैके, ये क्वेश्चन इंपॉर्टेंट है। 2010 विच लेटिन का इदा कर सकते हाँ, 2010 विच इदा एल लेटिन और ये साडा देवनागरी तो हैगी है क्योंकि हिंदी की जिहड़ी है लिपि है, फिर ये साडा ए आर बनिया, इत्थे डी पा सकते हैं देवनागरी और जिहड़ा है लेटिन ए हो गया, इसनों कंबाइन कर लो। 2010 तिने चारे क्वेश्चन जिहड़े है याद हो गए। नैक्सट है जी इसलिए द रिजर्व बैंक ऑफ इंडिया इज सेंट्रल बैंक ऑफ कंट्री रिस्पोंसिबल फॉर इशूइंग, अंडरलाइन रेड कलर किया है, एंड रेगुलेटिंग, ये क्वेश्चन पूछा जाता है बहुत बहुत, इशूइंग एंड रेगुलेटिंग करंसी एंड मैनेज द मोनीटरी पॉलिसी एंड करंसी सर्कुलेशन इन इंडिया। सर्कुलेशन शब्द है, रेगुलेशन है, इशूइंग है और मोनीटरी पॉलिसी कौन बनाता है। सिक्योरिटी फीचर साढ़े नोट विच है, वाटरमार्क है, सिक्योरिटी थ्रेड है, इंटैग्लियो है, प्रिंटिंग है, ये बारे हम डिटेल गल्ला नहीं कर सकते, माइक्रो प्रिंटिंग है, कलर चेंजिंग इंक है ना, फ्लोरोसेंट इंक है, ये महात्मा गांधी सीरीज चली सी, इंट्रोड्यूस कितों की थी, ये क्वेश्चन पूछा जा सकता है। 96 विच महात्मा गांधी सीरीज शुरू हुई। अगे है महात्मा गांधी ऑन ऑल बैंक नोट्स विद ईच डिनोमिनेशन हैविंग डिस्टिंक्ट कलर, ओके
महात्मा गांधी जी की फोटो तुसी देखते हो। और की है हिस्ट्री? अच्छा ये अपने रूपीज की जिहड़ी हिस्ट्री है मेरे ख्याल ज़्यादा इंपॉर्टेंट नहीं है। कौरी शैल ते मैटल ऑब्जेक्ट्स तो पहले कॉइन बनते सी। रिजर्व बैंक ऑफ इंडिया वाज एस्टैबलिश इन 1935 विच, मतलब आज़ादी तो पहला दी है। एक क्वेश्चन पूछा जा सकता है 2016 डी नॉमिनेशन, ये तो झटका लगा, जोर का झटका सबको धीरे से लग गया था ना। हुण फिर 2000 दे नोट बंद किए हैं, बैन किए हैं, सॉरी जिहड़े है हुण की है 2016 दे विच डिनोमिनेशन है ना, 500 दे ते 2000 1000 दे नोट बंद हो गए सी। मेरे ख्याल ये याद रहा जा सकता है, आसान है। अच्छा करंसी मैनेजमेंट ये इंपॉर्टेंट है। आरबीआई हैज़ द सोल राइट टू इशू करंसी नोट इन इंडिया, वेरी इंपॉर्टेंट सी ये। जिहड़ा नहीं इंपॉर्टेंट वो मैं इस तरह खाली कढ़ रहा हाँ। हाँ हुण इंपॉर्टेंट सी ये, मैं नहीं, महात्मा गांधी सीरीज हो गई है। लॉयन कैपिटल ऑफ अशोका, द लॉयन कैपिटल विच इज़ द नैशनल एम्बलम फीचर ऑफ बैक साइड ऑफ ऑल इंडियन करंसी है ना। धर्मचक्रा, व्हील ऑफ लॉ, ये आ सकता क्वेश्चन, धर्मचक्रा व्हील ऑफ लॉ ये भी बैक ते है। इंडियन मोनूमेंट्स 500 दे नोट ते, ये क्वेश्चन पिछली बार जिहड़ा पूछा उतो ही हुण चक रहे हां। देखिया 500 दे नोट ते की है, रैड फोर्ट, 500 दा रैड फोर्ट, 500 नोट रैड फोर्ट, 100 ते डिपिक्ट है रानी की वाव स्टेप वाल, हाँ हुण 100 100 इस तरह लिखो HUNDR है ना, आर तो राणी याद रखो, बस इन्नी गल है। जां 100 दा नोट पंजाबी च लिखिया 100 ते स्टेप वाल, इन्ना याद रखो, इन्नी गल जे ये औखा लगता है ना। ते 500 दा नोट तुसी कहो मैं लाल किले ते 500 दा नोट वारता, चलो याद हो गया 500 का नोट। अच्छा 10 दे नोट पिच द फीचर की है, इमेज ऑफ एन इंडियन डायनोसॉर, सखा ये शब्द नहीं समझ आता, इस तरह याद कर लो 10 खा, ये शब्द नहीं समझ आता जो नहीं आता उन्होंने भी यूज़ कर लो। ओके 20 दे नोट दे पिछे शोकेस ऑफ एन जब इंडियन एग्रीकल्चर इंप्लीमेंटेड कार्ड, ये फिर वो ही आ गया 20 दे नोट ते भी वो एग्रीकल्चर दी है ना। देखो 500 दा नोट तो आप रेड फोर्ट तो वारता ही, 10 खां वो समझ नहीं आता, 20 का भी उदा का एग्रीकल्चर ते हो गया। 50 दे नोट ते डॉक्टर अंबेडकर, इसनों इदा याद रखा जा सकता है, इसनों लिखा जाए इदा नहीं, 50F ना लिखा जाए, और फादर ऑफ इंडियन कॉन्स्टिट्यूशन वो सानू पता ही है डॉक्टर बी आर अंबेडकर। सो 50 नू फादर तो याद रखिया एफ दे एफ नाल जोड़ के। नेक्स्ट है 200 200 100, ये हो गया 200 100, यदि मतलब दो बारी एस जिदे विच आंदी है, दो बारी एस जिदे च आंदी है, जिहड़े ऑप्शन च दो बारी एस होएगी वो ला दियो। सांची सुप्ता फेमस बुद्धिस्ट मोनूमेंट ऑफ मध्य प्रदेश, ओके 200 नू 200 100 100 SS नाल जोड़ के असी याद कर लिया। 500 दा नोट तो रैड फोर्ट ते वार दिता सी ना। ये क्वेश्चन आया जिहड़ा 2000 दे ते, मार्स ऑर्बिटर मिशन मंगलयान ये आ चुका है 2000 ते, सैटेलाइट आर्यभट्टा दा नोट हुण बंद हो चुका है। दूसरा है कि फिर शायद ना भी पूछा जाए, दैट इज़ वाई नू इंपॉर्टेंस नहीं देंगे। स्वच्छ भारत अभियान, हाँ 10 का नोट इन्ना गंदा हो चुका कि इन्हों साफ करने की जरूरत है, 10 का नोट सब तो ज़्यादा चलता है, साफ करने की जरूरत है इन्हों। पिछला 10 खां करके याद किया ना, ये भी 10 स्वच्छ स्वच्छ 10 साफ, बस साफ तो स्वच्छ भारत अभियान याद आ गया, ये तो बहुत है इन्ने तो। हुमंग द फॉलोइंग एम्पायर हैड गुरु नानक देव जी बिन कंटेम्परेरी वन, हेठ लिखे मुगल बादशाहों विचों केड़ा गुरु गुरु नानक देव जी दे समकाली सी। जिहड़े हिस्टोरिकल क्वेश्चन ने 5 सैट ने उन्हां दे विच इन्हां दी गल याद आई है, तो मैं कित्थों इहनूं याद करदा हाँ कि बाबर ने उन्हां तों चक्की पिसवाई सी ना। दूसरा बाबर बाणी सुनते हैं, बाबर बाणी का मतलब बाबर ना इंटरैक्शन हुई, बाबर को गए, बाबर ना हिस्ट्री सी, बाबर उस वक्त का होएगा, तो भी बाबर बाणी याद रह जाता है।
नेक्स्ट क्वेश्चन है नौवां, हु डिड ले फाउंडेशन ऑफ अमृतसर। ये क्वेश्चन पंजाब वाले च सारे डिस्कस होए है, पंजाब बेसिक विच, गुरु रामदास जी। ओके, वैन डिड रणजीत सिंह प्रोक्लेम्ड हिमसेल्फ महाराजा रणजीत सिंह। एग्जैक्ट पिछले क्वेश्चनों चो जीके चो चुके गए हैं, मैं बार बार एक गल दसदा, जिन्होंने टीचिंग पोटेंशियल की बहुत जल्दी तैयारी करनी है, वह एक्सपैक्टड क्वेश्चन वाली सीरीज़ जी है 50 क्वेश्चन उस हूँ तक पाए है, अगले भी 70-80 क्वेश्चन आ जाने ने, हैरान हो गए, 50 दे विचो 10-11-12 क्वेश्चन इस पेपर दे विच है। सो सीधा पेपर उतों चक्या जाता है तो पाया जाता है। हू इज़ द ऑथर ऑफ फेमस लिटरेरी बुक लूणा। बुक्स तो लूणा तो बाकी कवितावान से तुम्हें मिल भी जाएगी। साहित्य अकैडमी की शायद पाई हुई है, नहीं प्रसिद्ध पुस्तकों की पाई हुई है वीडियो, होर साहित्य अकैडमी की आ जाएगी, ज्ञानपीठ की आ जाएगी, वो मेन मेन जिहड़े है थिंकर डिस्कस कर देंगे। इत्थे शिव कुमार बटालवी ने लिखी सी, आ शिव कुमार बटालवी ने राइट आंसर है। अच्छा, इन्होंने कदों प्रोक्लेम किया, 1801 विच, मेरे ख्याल से डिस्कस करने वाली गल नहीं है। हरमनप्रीत कौर, इन्हों मिस किया सी, ये मैं क्वेश्चन बारे कुछ भी नहीं दस पाया, मैंने स्पोर्ट्स के काफ़ी क्वेश्चन बनाए जिहड़े हरमनप्रीत कौर मोस्ट पॉपुलर क्रिकेटर रहे ने, क्रिकेटर है कॉमनवैल्थ विच 2022 दे विच ए इंडिया दी टीम नू लीड कीता सी, मतलब कैप्टन सीगे, ऑलराउंडर ने। इस तरह के होर क्वेश्चन जिहड़े पुछे जा सकते हैं वो डिस्कस करन लगे हाँ। इत्थे तिलखा सिंह नू फ्लाइंग सिख किया जाता सी, मल्टीपल गोल्ड मैडल्स, वो 1950 तो 60 के दहाके विच सब तो पुराने इन्हे, मेरे ख्याल से इन्हां ते क्वेश्चन नहीं पुछा जाएगा। अच्छा, बलबीर सिंह, हुणे नाम याद रखने हैं, इस वेले मैं नहीं याद करवा सकता। बलबीर सिंह फील्ड हॉकी दे प्लेयर रहे ने, ये भी पुराने ने, मिल्खा सिंह तो बाद 52-56-48 दे विच। हरभजन सिंह क्रिकेटर, ये बारे तुसी मेरे ख्याल सारे जानते हो। सरदार सिंह, ये इंपॉर्टेंट है, सरदार सिंह इंडियन मैनज हॉकी टीम दे कैप्टन रहे आ, सरदार सिंह, सरदार कैप्टन ही होंगे आ हॉकी दे, सो ये याद हो गया। विजेंद्र सिंह बॉक्सिंग ब्रॉन्ज मैडल एट 2000 बीजिंग, देखो 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 ये ज़्यादा इंपॉर्टेंट है, एक तो विजेंद्र वी विजेंद्र, दूसरा ब्रॉन्ज, तीसरा बीजिंग है ना, चौथा बॉक्सिंग, विजेंद्र लिख के वी विजेंद्र विजय हो गया है ना, वी तो बॉक्सिंग, वी तो ब्रॉन्ज, वी तो बीजिंग, याद रखा जा सकता है। 2008 लेटेस्ट है, भी इंपॉर्टेंट है, ये पूछा जा सकता। ओके, अभिनव बिंद्रा शूटिंग है ना, अभिनव बिंद्रा शूटिंग, ओनली इंडिविजुअल ओलंपिक गोल्ड किसनों मिलिया, अभिनव बिंद्रा नू, इसकी कोई एसोसिएशन नहीं मिलती। मैं की बना लगा, अभिनव दा अभी जड़ा है जां बी है, बी तो मैं लिख लिया बंदूक, अभिनव बंदूक चलाउंदा उसी, याद हो गया। अगे चलिए, जीव मिल्खा सिंह गोल्फ, तो इन्हों याद रखना है जी, इहदा मतलब जी दे नाल रिलेटेड ने, जी जीव जी गोल्फ, याद हो गया। जी जी मिल गए है ना, बी 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 ओ मिले सी, विजेंद्रा जी बी 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 मिले सी। अच्छा, गुरप्रीत सिंह संधू फुटबॉल, तो इन्हों कि याद रखना, गुरप्रीत सिंह जी मास्टर कहते सी गोलकीपर सीगे, बड़े ऑलराउंडर, बड़े इंपॉर्टेंट खिलाड़ी रहे ने, सो गोलकीपर फुटबॉल दे। योगेश्वर दत्त रैसलिंग, योगेश्वर वाई भी व है, व भी व है, व भी रैसलर है, देखो बी 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 मिली जाता है, इधर डबल्यू 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 मिली जाता है, मेरे ख्याल योगेश्वर दे इस तरह के याद रखियो तो मेरे ख्याल गल बन जानी है। इंपॉर्टेंट अगली गल है, ब्रॉन्ज ही ये लैके गए मैडल 2012 इन्हों का, थैंक यू, और ये नज़दीक है राजे, ये आ सकता है। फ्री स्टाइल 60 kg विच, ये तो शायद ना पूछा जाए, ये पूछा जाएगा, और किस विच है, दो ही मेन क्वेश्चन बनते हैं, इसनों मेन नाम समझा जाए। मनप्रीत कौर है ना, शॉर्ट पुट, ओ हरप्रीत से क्रिकेट दे सी, ये मनप्रीत है शॉर्ट पुट। मनप्रीत कौर नू याद किदा रखना है, मन की प्रीत पुट है ना, क्योंकि उन्होंने इस तो कन्फ्यूज हो जाएगा, पिछला असी किया सी अभिनव, बी चक्की ते बंदूक लिखता सीगा
ਉਹ ਉਹਨਾਂ ਨਾਲ ਯਾਦ ਹੋ ਗਿਆ ਸੀ। ਹਰਮਨਪ੍ਰੀਤ ਕੌਰ ਪਾਵਰਫੁਲ ਬੈਟਿੰਗ ਜਿਹਨਾਂ ਤੋਂ ਅਸੀਂ ਕੁਐਸਚਨ ਲੈ ਰਹੇ ਨੇ ਇੰਡੀਅਨ ਕ੍ਰਿਕਟਰ, ਇਹਨਾਂ ਦਾ ਰਿਕਾਰਡ ਕੀ ਰਿਹਾ ਹੈ 171 ਰਨ ਅਗੇਂਸਟ ਆਸਟ੍ਰੇਲੀਆ 2017 ਵਿੱਚ ICC ਵੁਮੈਨ ਵਰਲਡ ਕੱਪ ਸੈਮੀਫਾਈਨਲ ਦੇ ਵਿੱਚ। ਇਹ ਇੰਟਰਸਟਿੰਗ ਮੈਟਰ ਹੈ, ਇੱਦਾਂ ਯਾਦ ਰਹਿਣਾ ਚਾਹੀਦਾ ਹੈ। ਪੰਜਾਬ ਦੀ ਹੀਰੋਇਨ ਹੈ ਜੋ ਕ੍ਰਿਕਟਰ ਹੈ, 171 ਰਨ ਰਿਕਾਰਡ ਹੈ ਆਪਣੇ ਆਪ 'ਚ ਆਸਟ੍ਰੇਲੀਆ ਦੇ ਵਿੱਚ। ਉਹ ਵੀ ਆਸਟ੍ਰੇਲੀਆ, ਦੇਖੋ ਜ਼ਿਆਦਾ ਮਾਣ ਵਾਲੀ ਗੱਲ ਹੈ ਕਿ ਆਸਟ੍ਰੇਲੀਆ ਜਾ ਕੇ ਜਾਂ ਆਸਟ੍ਰੇਲੀਆ ਦੇ ਖਿਲਾਫ 2017 ਦੇ ਵਿੱਚ। ਸੋ ਗੁੱਡ, ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਕ੍ਰਿਕਟਰ 4-5 ਹੈ ਮੇਰੇ ਖਿਆਲ 'ਚ, ਬਸ ਕਰੀਏ ਮੇਨ ਨੇ। ਸਿਧਾਰਥ ਕੌਲ ਫਾਸਟ ਬੋਲਰ, ਇਸ ਲਈ ਲਿਖਿਆ ਇਹ ਨਾਮ ਕਿਉਂਕਿ ਵੁਮੈਨ 'ਤੇ ਹੈ ਨਾ, ਵੁਮੈਨ 'ਤੇ ਕੁਐਸਚਨ ਪੁੱਛੇ ਜਾਂਦੇ ਨੇ। ਸੋ ਹਰਮਨਪ੍ਰੀਤ ਤੋਂ ਬਾਅਦ ਫਾਸਟ ਬੋਲਰ ਨੇ ਸਿਧਾਰਥ ਕੌਲ, ਕੌਰ ਨਹੀਂ ਹੈ, ਕੌਲ ਹੈ। ਚਲਦੇ ਹਾਂ, ਪੇਪਰ ਪੂਰਾ ਕਰਨਾ ਹੈ। ਵੇਅਰ ਇਜ਼ ਦੀ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ ਕਿੱਥੇ ਸਥਿਤ ਹੈ? ਪਟਿਆਲਾ ਵਿੱਚ। ਵਿੱਚ ਟੀਮ ਵਨ ਇੰਡੀਅਨ ਪ੍ਰੀਮੀਅਰ ਲੀਗ T20 ਕ੍ਰਿਕਟ? ਪਿਛਲੀ ਵਾਰ ਕਿਹੜੀ ਸੀ, ਇਸ ਵਾਰ ਗੁਜਰਾਤ ਸੀ। ਇਸ 'ਤੇ ਪੂਰਾ ਵੀਡੀਓ ਹੈ, ਇਹ ਡਿਸਕਸ ਕੀਤਾ ਹੋਇਆ ਹੈ। ਇਸ ਵਾਰ ਚੇਨਈ ਹੈ ਮੇਰੇ ਖਿਆਲ 'ਚ ਜਿੱਤੀ, ਪੰਜਾਬ ਵਾਲੇ ਨੇ ਜਿੱਤੇ, ਯਾਦ ਰੱਖਣਾ। ਚੇਨਈ ਅਤੇ ਮੁੰਬਈ ਨੋਰਮਲੀ ਇਹ ਬਦਲ ਬਦਲ ਕੇ ਜਿੱਤਦੇ ਨੇ, ਪਿਛਲੇ ਗੁਜਰਾਤ ਟਾਈਟਨ ਲੈ ਗਏ ਨੇ। ਇਸ 'ਤੇ ਵੀਡੀਓ ਹੈ, ਮੇਰੇ 'ਤੇ ਵਿਸ਼ਵਾਸ ਨਾ ਕਰਿਓ। ਬਾਏ ਵਿੱਚ ਕੋਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਗੁੱਡਸ ਐਂਡ ਸਰਵਿਸ ਟੈਕਸ ਵਾਜ਼ ਇੰਟਰੋਡਿਊਸਡ ਇਨ ਇੰਡੀਆ? ਦੇਖੋ ਅਮੈਂਡਮੈਂਟ ਅਤੇ ਕੋਨਸਟੀਟਿਊਸ਼ਨ ਅਤੇ ਆਰਟੀਕਲ 'ਤੇ ਕੁਐਸਚਨ ਕਾਫੀ ਪੁੱਛੇ ਗਏ ਹੈ, ਮੈਂ ਸ਼ਾਇਦ ਉਹ ਵੀਡੀਓ ਬਣਾ ਸਕਾਂ, ਲੇਕਿਨ ਬੜਾ ਇੰਟਰਸਟਿੰਗ ਹੈ। ਸਕੂਲ ਦੇ ਬੱਚਿਆਂ ਨੂੰ ਉਹ ਵੀਡੀਓ ਜ਼ਰੂਰ ਦਿਓ ਕਿ ਅਸੀਂ ਆਰਟੀਕਲ 14 ਤੋਂ ਲੈ ਕੇ 30 ਜਾਂ ਮੇਨ ਜਿਹੜੇ ਜਿੰਨੇ ਵੀ ਆਰਟੀਕਲ ਨੇ, ਫੰਡਾਮੈਂਟਲ ਰਾਈਟ ਨੇ, ਉਹਨਾਂ ਨੂੰ ਯਾਦ ਕਰਨ ਦੇ ਬੜੇ ਸੌਖੇ ਤਰੀਕੇ ਬਣਦੇ ਨੇ। ਜੇ ਹੋ ਸਕਿਆ ਮੈਂ ਉਹ ਕੱਢ ਦਾਂਗਾ, ਉਹ ਦੇਖ ਲਈਓ। ਇਸ ਤੋਂ ਇਲਾਵਾ ਬੇਸਿਕ ਕੁਐਸਚਨ ਦੇ ਵਿੱਚ ਇਹ ਗੱਲ ਕੀਤੀ ਗਈ ਹੈ, 121 ਅਮੈਂਡਮੈਂਟ ਦੇ ਵਿੱਚ ਰਾਈਟ ਆਨਸਰ ਹੈ ਇੱਥੇ। ਵਟ ਇਜ਼ ਦ ਥੀਮ ਆਫ ਨੈਸ਼ਨਲ ਯੂਥ ਡੇ 2022? ਨਹੀਂ, ਇਹ ਨਹੀਂ ਪੁੱਛਿਆ ਜਾਏਗਾ, ਇਟ ਇਜ਼ ਆਲ ਇਨ ਦੀ ਮਾਇੰਡ ਹੈ, ਲੇਕਿਨ 2022 ਦੀ ਜਗ੍ਹਾ 'ਤੇ ਹੁਣ 23 ਦਾ ਪੁੱਛਿਆ ਜਾਏਗਾ। 23 ਦਾ ਬਰੀਫ ਵਿੱਚ ਪੜ੍ਹ ਲੈਣਾ ਚਾਹੀਦਾ। ਓਬਜੈਕਟਿਵ ਆਫ ਸੈਲੀਬ੍ਰੇਟਿੰਗ ਨੈਸ਼ਨਲ ਯੂਥ ਫੈਸਟੀਵਲ ਇਜ਼ ਟੂ ਡਿਸੈਮੀਨੇਟ ਦਾ ਆਈਡੀਆ ਆਫ ਅ ਫਿਲੋਸਫੀ ਆਫ, ਇਹ ਪੁੱਛਿਆ ਜਾ ਸਕਦਾ ਹੈ। ਸਵਾਮੀ ਵਿਵੇਕਾਨੰਦ ਦੇ ਮੇਰੇ ਖਿਆਲ ਬਰਥਡੇ 'ਤੇ ਹੈ, ਉਹਨਾਂ ਦੀ ਫਿਲੋਸਫੀ ਨੂੰ ਪ੍ਰੀਚ ਕਰਨ ਲਈ ਉਹਨਾਂ ਨੇ ਕਿੱਦਾਂ, ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ ਕਿ ਪਹਿਲਾਂ ਫੁੱਟਬਾਲ ਖੇਡੋ ਫਿਰ ਗੀਤਾ ਪੜ੍ਹੋ, ਮਤਲਬ ਕਿ ਪਹਿਲਾਂ ਫਿਜ਼ੀਕਲ ਫਿਰ ਇਮੋਸ਼ਨਲ ਸੋਸ਼ਲ ਅਤੇ ਸਪਿਰਚੁਅਲ ਵੱਲ ਵਧਣਾ ਹੈ। ਖੁਦ ਵੀ ਮੈਡੀਟੇਸ਼ਨ ਕਰਦੇ ਸੀ, ਸੋ ਬਹੁਤ ਅੱਛੀ। ਸੋ ਇਹ ਵਿਕਸਿਤ ਯੁਵਾ ਵਿਕਸਿਤ ਭਾਰਤ, ਇਹ 2023 ਦਾ ਥੀਮ ਸੀ, ਇਸ ਲਈ ਕੱਢ ਕੇ ਤੁਹਾਨੂੰ ਦੱਸ ਰਿਹਾ ਹਾਂ। 2022 ਵਿੱਚ G7 ਬੈਠਕ ਮੇਜ਼ਬਾਨ ਕਿਹੜਾ ਦੇਸ਼ ਸੀ? ਜਰਮਨੀ। ਸਵਯਮ, ਇਸ 'ਤੇ ਅਲੱਗ ਬਹੁਤ ਸਾਰੇ ਵੀਡੀਓ ਕੱਢੇ ਹੋਏ ਨੇ, ਦੀਕਸ਼ਾ ਹੈ, ਸਵਯਮ ਹੈ, ਸਵਯਮ ਪ੍ਰਭਾ ਹੈ, ਬਾਕੀ ਵੀ ਜਿਹੜੀਆਂ ਏਜੰਸੀਜ਼ ਨੇ, ਐਜੂਕੇਸ਼ਨਲ ਏਜੰਸੀ, ਉਹਨਾਂ 'ਤੇ ਕਾਫੀ ਵੀਡੀਓ ਕੱਢੇ ਹੋਏ ਨੇ, ਇਹਨਾਂ 'ਤੇ ਜ਼ਿਆਦਾ ਗੱਲ ਨਹੀਂ ਕਰਾਂਗੇ। ਹਾਂ, ਮੇਰੇ ਖਿਆਲ 'ਚ ਡਿਜੀਟਲ ਇਨੀਸ਼ੀਏਟਿਵ ਹੈ ਇੱਕ ਵੀਡੀਓ, ਉਹਦਾ ਦੂਜਾ ਪਾਰਟ ਆਉਣਾ ਹੈ, ਉਹ ਵੀ ਦੇਖ ਲਈਓ। ਉਹਦੇ ਵਿੱਚ ਸਭ ਦਾ ਥੋੜ੍ਹਾ ਥੋੜ੍ਹਾ ਬਰੀਫ ਕੀਤਾ ਹੋਇਆ ਹੈ। ਜੇ ਨਹੀਂ ਤਿਆਰੀ ਹੁੰਦੀ, ਬਾਕੀ ਨਹੀਂ ਦੇਖਣੀਆਂ ਵੀਡੀਓ, ਤਾਂ ਉਹ ਪ੍ਰੈਫਰ ਕਰ ਸਕਦੇ ਹੋ ਜੀ ਕਰੇ ਤਾਂ। ਸੋ ਸਵਯਮ ਦਾ ਯਾਦ ਰੱਖਣ ਦਾ ਤਰੀਕਾ ਇਹ ਹੈ ਕਿ ਯੁਵਾ ਪਾਇਰਿੰਗ ਮਾਇੰਡ ਸੌਖਾ ਹੋਏਗਾ, ਇਹਦੀ ਫੁੱਲ ਫੋਰਮ ਵੀ ਪੁੱਛੀ ਜਾ ਸਕਦੀ ਹੈ। ਕੁਆਲਿਟੀ ਐਜੂਕੇਸ਼ਨ ਸਿਟੀਜ਼ਨ ਰਿਜੈਕਟ ਕਰਕੇ ਵੀ ਹੋ ਸਕਦਾ ਹੈ। ਜੇ ਮੈਂ ਇਹ ਕਿਉਂ ਅੰਡਰਲਾਈਨ ਕੀਤਾ ਜਾਂ ਇੰਡੀਕੇਟ ਕੀਤਾ, ਯੁਵਾ ਦੇ ਵਿੱਚ ਸਿਰਫ ਗਰਲਜ਼ ਨੂੰ ਰੱਖਿਆ ਜਾਏਗਾ, ਇਸ ਲਈ ਰਿਜੈਕਟ ਹੋ ਗਿਆ ਨਾ। ਪ੍ਰੋਵਾਈਡਿੰਗ ਟੈਕਨੀਕਲ ਅਸਿਸਟੈਂਟ ਟੂ ਯੂਥ ਫੋਰ ਸਟਾਰਟਅਪ ਐਂਟਰਪ੍ਰਾਈਜ਼, ਦੈਰੋ ਬਣ ਗਿਆ ਨਾ, ਸਿਰਫ ਟੈਕਨੀਕਲ ਆਸਪੈਕਟ ਹੋ ਗਿਆ, ਰਿਜੈਕਟ ਹੋ ਗਿਆ। ਪ੍ਰੋਵਾਈਡਿੰਗ ਫਾਈਨੈਂਸ਼ੀਅਲ ਅਸਿਸਟੈਂਟ ਨੈਰੋ ਹੋ ਗਿਆ। ਕੁਆਲਿਟੀ ਐਜੂਕੇਸ਼ਨ ਐਂਡ ਸਿਟੀਜ਼ਨ ਇਹ ਬਰੋਡਰ ਹੈ, ਬਰੋਡਰ ਨੂੰ ਚੁਣਨਾ ਹੈ। ਜੇ ਸਾਨੂੰ ਨਹੀਂ ਵੀ ਪਤਾ, ਨਹੀਂ ਉਹ ਵੀਡੀਓ ਦੇਖਿਆ, ਕੋਈ ਗੱਲ ਨਹੀਂ, ਟ੍ਰਿਕ ਹੈ ਉਹ ਵਾਲੇ ਦੱਸਾਂਗਾ ਅਗਲੇ ਵੀਡੀਓ 'ਚ ਆਉਣੇ ਨੇ। PME ਵਿੱਦਿਆ, ਇਹ 'ਤੇ ਬਣੀ ਪਈ ਵੀਡੀਓ ਨਹੀਂ ਹੋ ਸਕੀ ਹਜੇ ਤੱਕ ਅਪਲੋਡ, ਐਡਿਟ ਕਰਨ ਵਾਲੀ ਸ਼ਾਇਦ। PME ਵਿੱਦਿਆ ਪ੍ਰੋਗਰਾਮ ਵਾਜ ਲਾਂਚ ਬਾਏ ਗਵਰਨਮੈਂਟ ਆਫ ਇੰਡੀਆ, ਇੱਕ ਪੁੱਛਿਆ ਕੀ ਗਿਆ, ਭਾਰਤ ਸਰਕਾਰ ਪ੍ਰੋਗਰਾਮ ਨਾਲ ਸੰਬੰਧਿਤ ਕੀ ਹੈ, ਇਹ ਪੁੱਛਿਆ ਗਿਆ ਹੈ। ਮਲਟੀ ਮੋਡ ਅਸੈਸ ਆਫ ਡਿਜੀਟਲ ਐਜੂਕੇਸ਼ਨ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਫੋਰ, ਨਹੀਂ ਸਿਰਫ ਇਹ ਨੈਰੋ ਨਹੀਂ ਹੈ, ਇਹ ਨਹੀਂ ਹੋ ਸਕਦਾ। ਆਲ ਯੂਨੀਵਰਸਿਟੀਜ਼ ਪਰਮਿਟਡ ਟੂ ਸਟਾਰ ਔਨਲਾਈਨ ਕੋਰਸਿਸ, ਨੈਰੋ ਹੈ। ਪਰਮਿਸ਼ਨ ਟੂ ਡਿਵੈਲਪ ਲਿੰਕੇਜ ਫੋਰ ਫੋਰਨ ਯੂਨੀਵਰਸਿਟੀਜ਼, ਸਿਰਫ ਇੱਕ ਆਸਪੈਕਟ ਹੈ, ਮਲਟੀ ਮੋਡ ਹੈ।
पीएम है, ई विद्या है, मतलब कई कुछ है। इधर विच दीक्षा भी शामिल है, स्वयं भी शामिल है, स्वयं प्रभा भी शामिल है, क्वेश्चन आ सकता है। और इधर विच डिसेबल्ड पर्सन्स लई और इधर विच राइट आंसर ए नू लगा रहे हैं। एजुकेशन पॉलिसी ते वीडियो भी है, एक दो वीडियो होर आने ने, वो भी देख लियो, आने ही आने क्वेश्चन है, देखे जरूरी है हर क्वेश्चन कॉम्पिटेटिव एग्जाम में। लेज पर्टिकुलर एम्फेसिस ऑन डेवलपमेंट नहीं भी पढ़ी कोई गल नहीं है, वैसे हूँ ही कह रहा, तो नैरो वाला नहीं चुन लिया चुनना। प्रोविजन ऑफ फ्री एजुकेशन पहला भी सी, प्रोविजन ऑफ फुल इंप्लॉयमेंट नहीं, इदा दी इंप्लॉयमेंट नहीं है, एजुकेशन की पॉलिसी है। ओके, इंफ्रास्ट्रक्चर सिर्फ एक आस्पैक्ट दिखा, एक आस्पैक्ट वन डायमेंशन यही मैं स्ट्रैटेजी दसनी है, होल नू प्रेफर करना। द क्रिएटिव पोटेंशियल ऑफ ईच इंडिविजुअल, क्रिएटिव पोटेंशियल इस तरह विकास होंदा है, होल है, राइट आंसर ए है। प्रेजेंटली हु इज़ द हायर एजुकेशन मिनिस्टर, है ना, हुन बैंस साहब ने उन्होंने हु इज़ हु दिया सारिया वीडियो, एक वीडियो होर रहिंदी है वह भी पा देवगा, तो मतलब ये गल्लां हो चुकी हैं, ये हुन रिपीट नहीं होएगा। उदों मेरे ख्याल एयर जी सी राइट आंसर ये होएगा, इसका हुन कोई फायदा नहीं है, इस तो यही सीखना प्रेजेंट मिनिस्टर केड़े देखने हैं। हु फाउंडेड गूगल, गूगल से भी क्वेश्चन बने पे हैं पर नहीं एडिट और मीडिया वीडियो नहीं बनिया। एज एंड सरगे ब्रिन ये राइट आंसर है। हु इज़ नोन एज फादर ऑफ वाइट रेवोल्यूशन, वर्गीज कुरेनियन, ये मेरे ख्याल कुछ इन्फॉर्मेशन कढ़ी पई है, वो तुसी देख लो जी, जी करता है। ग्रीन रेवोल्यूशन कदों सी, 60 से 70 दे विचकार, ग्रीन रेवोल्यूशन काते सी, इस ते मेजर ट्रांसफॉर्म एग्रीकल्चर। ओके, दूसरा है वाइट रेवोल्यूशन, ऑपरेशन फूड डेयरी, डेयरी तो याद रख सकते हैं कि मिल्क जिहड़ा है यह इंप्रूव मिल्क है ना, मिल्क जिहड़ा है वह वाइट हुंदा है, वाइट नाल वाइट जोड़ दिता है ना, पर ऑपरेशन फ्लड जिहड़ा है नाल इससे जोड़िया जा सकता है। नैक्सट है, अच्छा ये कदों 70 से 90 है ना ऑर्डर चल रहे हैं, पहला ग्रीन फिर वाइट फिर हुण किहड़ा आएगा ब्लू, ब्लू असी उदों भी याद किया समुंदर ब्लू हुंदा है, समुंदर दे विच मच्छियां हुंदियां हैं, तो फिशरी, फिशरी हो गया। नैक्सट है साढ़े को, मैं ज़्यादा नहीं करा रहा, बहुत है ने, 2-4-5 ही करावगा। गोल्डन रेवोल्यूशन, पता नहीं नाम क्यों रखे है, गोल्डन हुंदा है, गोल्डन जिहड़ा है हनी नू याद रखना, तो हॉटी एच एच नू याद रख सकते, हॉर्टीकल्चर ते हनी नू, हनी गोल्डन कलर का है इसलिए इहदे नाल एसोसीएट कर लो। इस तो अलावा हॉर्टीकल्चर फ्रूट वैजीटेबल्स फ्लावर्स, सो हॉर्टीकल्चर के सारा कुछ आ जाता है जो कंसैप्ट क्लीयर है मेरे ख्याल च। और ये 1990 तो प्रेजेंट तक हूँ चल रहा है इस वेले, ये इसलिए ज़्यादा इंपॉर्टेंट है, गोल्डन रेवोल्यूशन हॉर्टीकल्चर ते हानी 1990 तो शुरू होया, ये हो सकता है। एवरग्रीन रेवोल्यूशन प्रेजेंट जिहड़ा चल रहा है, कुछ नहीं है, सस्टेनेबल डिवेलपमेंट है कि असी खेतीबाड़ी करते हुए पानी खराब ना कर दिए, हवा खराब ना कर दिए, मिट्टी खराब ना कर दिए, अगली जनरेशन लिए बचे, ये सस्टेनेबल डिवेलपमेंट की फिलोसफी है। सो ग्रोथ वाइल एनश्योरिंग एनवायरमेंटल सस्टेनेबिलिटी, एनवायरमेंट नू बचाना है, उहदे लई की हो सकता है, ऑर्गेनिक फार्मिंग हो सकती है ना, कंजरवेशन ऑफ वाटर रिसोर्स है, पानी बचा सकते हैं, तुसीं देखिया हुण किसानां ने वो छोटे छोटे फुहारे लाए होंदे आ, उहदा पानी बचता है साडा। सो इदां दी टैक्नीक्स कई यूज़ होंदियां, अडोपटिंग ईको फ्रेंडली एग्रीकल्चर मैथड, हाई ये तो सानू करना पैना ना जी, परमात्मा तो कुछ लेना है, कुदरत दी रिस्पैक्ट करनी पैनी है, अदरवाइज ना हेल्थ ना वेल्थ कुछ भी नहीं बचना। नेक्स्ट है साढ़े को, विच आर्टिकल इंडियन कॉन्स्टिट्यूशन ग्रांट अ राइट फ्री एंड कंपलसरी एजुकेशन टू ऑल चिल्ड्रन इन द एज ग्रुप ऑफ 16 से 14 ईयर, फंडामेंटल राइट, हाय हाय कस गया है क्वेश्चन, इन्ना आया है क्वेश्चन, 21A 2009 च आर्टिकल है ना, इदा याद है इनू 8-0-0 नू मिला के असी 2009 दे 0-0 नू मिला के 8 कर दिता, और 8 दा 86 बन गया, 86 दा अमेंडमेंट च होया सी, सो ये 4 क्वेश्चन रिपीट ही हो जाते हैं हर युग दे विच जदों दी आए हैं, इस तो अलावा क्वेश्चन बनाने वालियां कोई बेचारे को बनता नहीं लगता। हु सैड एजुकेशन इज़ द मैनीफेस्टेशन और परफेक्शन ऑलरेडी इन मैन, ए जिहड़े मैं एक्सपैक्टड, दूसरा टॉप ज दूसरा हुण इहदा नाम ये होएगा टॉप रिपीटड वीडियोज, टॉप रिपीटड एंड डिफिकल्ट क्वेश्चनस ऑन जिहड़ा है टीचिंग करके है, टीचिंग लर्निंग प्रोसैस, टीचिंग पोटेंशियल है ना, उहदे विचों ये क्वेश्चन चुके गए ने एग्जैक्ट,
ਉਹ ਕੁਐਸਚਨ ਕਿੱਥੋਂ ਨੇ ਯੂ ਜੀ ਸੀ ਨੈਟ ਚੋਂ ਮੈਕਸੀਮਮ ਉਹਦਾ ਗਰੁੱਪ ਬਣਾਇਆ ਮੇਰੇ ਕੋਲ 120-30 ਦੇ ਕਰੀਬ ਕੁਐਸਚਨ ਨੇ 50 ਮੈਂ ਡਿਸਕਸ ਕਰ ਦਿੱਤੇ ਉਹ ਦੇਖ ਜਾਈਓ ਉਹਨਾਂ ਚੋਂ ਪਿਛਲੀ ਵਾਰੀ 12 13 14 ਕੁਐਸਚਨ ਆਏ ਆ ਜੇ ਅਗਲੇ ਡਿਸਕਸ ਹੋ ਗਏ ਮੇਰੇ ਖਿਆਲ ਸਾਰਾ ਪੇਪਰ ਉਹਦੇ ਚੋਂ ਹੀ ਬਣਿਆ ਹੋਏਗਾ ਇਹ ਪੋਸੀਬਿਲਿਟੀ ਹੈ ਜਿਹਨਾਂ ਨੇ ਘੱਟ 'ਚ ਜ਼ਿਆਦਾ ਕਰਨਾ ਹੈ ਉਹ ਇਸ ਤਰ੍ਹਾਂ ਕਰ ਸਕਦੇ ਨੇ ਵਟ ਡਜ਼ ਆਕਸੀਮੀਟਰ ਇੰਡੀਕੇਟ ਚੇਂਜ ਇਨ ਐਟਮੋਸਫੇਰਿਕ ਪ੍ਰੈਸ਼ਰ ਇਨ ਟੈਂਪਰੇਚਰ ਦ ਡਾਇਰੈਕਸ਼ਨ ਆਫ ਦੀ ਵਿੰਡਸ ਹੁਣ ਮੇਰੇ ਖਿਆਲ 'ਚ ਹਿੰਟ ਇਹਦੇ ਵਿੱਚ ਹੀ ਹੈ ਆਕਸ ਆਕਸ ਆਕਸੀਜਨ ਲੈਵਲ ਵੇਅਰ ਇਜ਼ ਦੀ ਹਿਊਮਨ ਬਾਡੀ ਵੇਅਰ ਇਨ ਦੀ ਹਿਊਮਨ ਬਾਡੀ ਆਰ ਰੈੱਡ ਬਲੱਡ ਸੈੱਲ ਪ੍ਰੋਡਿਊਸਡ ਬੋਨ ਮੈਰੋ ਹੈ ਨਾ ਉਹ ਮੇਰੇ ਖਿਆਲ ਕਰਦੇ ਵੀ ਹੁੰਦੇ ਆ ਜਦੋਂ ਕੈਂਸਰ ਦਾ ਉਹ ਟੈਸਟ ਹੁੰਦਾ ਬੋਨ ਮੈਰੋ ਟੈਸਟ ਨੋਰਮਲ ਹਿਊਮਨ ਅਡਲਟ ਹਾਓ ਮੱਚ ਬਲੱਡ ਡਜ਼ ਹਾਰਟ ਪੰਪ ਅਪ 5 ਲੀਟਰ ਵਿੱਚ ਗੈਸ ਇਜ਼ ਯੂਜ ਇਨ ਰੈਫਰਿਜਰੇਟਰ ਅਮੋਨੀਆ ਹੈ ਨਾ ਇੱਕ ਕਲੋਰੋਫਲੋਰੋਕਾਰਬਨ 'ਤੇ ਆ ਸਕਦਾ ਹੈ ਕਿ ਗੈਸ ਵਿੱਚੋਂ ਐਸੋ ਰੈਫਰਿਜਰੇਟਰ 'ਚੋਂ ਏ ਸੀ ਵਿੱਚੋਂ ਕਿਹੜੀ ਨਿਕਲਦੀ ਹੈ ਜਿਹੜੀ ਓਜ਼ੋਨ ਲੇਅਰ ਨੂੰ ਡਿਪਲੀਟ ਕਰਦੀ ਹੈ ਬਹੁਤ ਕਾਮਨ ਐਂਡ ਇੰਪੋਰਟੈਂਟ ਕੁਐਸਚਨ ਹੈ ਕਲੋਰੋਫਲੋਰੋਕਾਰਬਨ ਨੇਮ ਦਾ ਕੈਪੀਟਲ ਆਫ ਸਿੱਕਿਮ ਸੋ ਮੇਰੇ ਖਿਆਲ 'ਚ ਹੁਣ ਮੈਂ ਇਹ ਕੁਐਸਚਨ ਕਿੱਦਾਂ ਕਰਾਵਾਂ ਲੰਬਾ ਹੋਏਗਾ ਦੇਖ ਲਓ ਜੇ ਦੇਖਣੀ ਹੈ ਹਿੰਮਤ ਹੈ ਮੇਰੇ ਖਿਆਲ 'ਚ ਹਾਂ ਸਟੇਟਸ ਨੇ ਕਿਹੜੀ ਕਰਵਾਵਾਂ ਕਿਹੜੀ ਨਾਮ ਮੇਰੇ ਖਿਆਲ 5-7 ਕਰ ਲੈਂਦੇ ਗਿਣ ਚੁਣ ਕੇ ਆਂਧਰਾ ਪ੍ਰਦੇਸ਼ ਏ ਤੋਂ ਅਮਰਾਵਤੀ ਆਂਧਰ ਪ੍ਰਦੇਸ਼ ਤਾਂ ਅਮਰ ਹੀ ਹੈ ਨਾ ਅਰੁਣਾਚਲ ਈਟਾ ਆਸਾਮ ਦਿਸਪੁਰ ਇੰਨੀ ਦੂਰ ਹੈ ਕਿ ਦਿਸਦਾ ਹੀ ਨਹੀਂ ਹੈ ਆਸਾਮ ਪੰਜਾਬ ਤੋਂ ਕਿੰਨੀ ਦੂਰ ਹੈ ਦਿਸਦਾ ਹੀ ਨਹੀਂ ਹੈ ਹਾਂ ਬਿਹਾਰ ਦੀ ਪਟਨਾ ਪਤਾ ਹੈ ਛੱਤੀਸਗੜ੍ਹ ਰਾਏ ਇੱਥੇ ਇੱਦਾਂ ਕਰਕੇ ਰਾਏ ਲਿਖ ਲਓ ਆਰ ਏ ਆਈ ਬਸ ਇੰਨਾ ਜੇ ਯਾਦ ਰਹੇਗੀ ਠੀਕ ਹੈ ਜੇ ਨਹੀਂ ਯਾਦ ਰਹੀ ਅੰਦਾਜ਼ਾ ਲਾ ਦਾਂਗੇ ਓਕੇ ਮੱਧ ਪ੍ਰਦੇਸ਼ ਭੋਪਾਲ ਪਤਾ ਹੈ ਮਹਾਰਾਸ਼ਟਰ ਮੁੰਬਈ ਪਤਾ ਹੈ ਮਣੀਪੁਰ ਇੰਫਾਲ ਪਤਾ ਹੈ ਮੇਘਾਲਿਆ ਸ਼ਿਲੋਂਗ ਪਤਾ ਹੈ ਇਹ ਨਹੀਂ ਪਤਾ ਮਿਜ਼ੋਰਮ ਐਜ਼ਵਾਲ ਜਿਹੜੀ ਘੱਟ ਪਤਾ ਹੈ ਏ ਜ਼ੀ ਜ਼ੈੱਡ ਇਹਦੇ ਵਿੱਚ ਵੀ ਆ ਰਿਹਾ ਹੈ ਏ ਤੀਜੇ ਨੰਬਰ 'ਤੇ ਜ਼ੈੱਡ ਜ਼ੈੱਡ ਆ ਰਿਹਾ ਹੈ ਮਿਜ਼ੋਰਮ ਜ਼ੈੱਡ ਉਹਦਾ ਮੈਚ ਕਰ ਰਿਹਾ ਹੈ ਇੰਨੀ ਗੱਲ ਨਾਮ ਵੀ ਯਾਦ ਨਹੀਂ ਰੱਖਣਾ ਜ਼ੈੱਡ ਮੈਚ ਕਰ ਰਿਹਾ ਹੈ ਉਦੋਂ ਮਾਈਂਡ ਨੇ ਯਾਦ ਕਰਾ ਦੇਣਾ ਹੈ ਤੁਹਾਨੂੰ ਇੰਪੋਰਟੈਂਟ ਹੈ ਦ ਪ੍ਰੈਜੈਂਟ ਇੰਡੀਅਨ ਨਾਓ 28 ਸਟੇਟਸ ਨੇ 8 ਯੂਨੀਅਨ ਟੈਰੇਟਰੀ ਹੈ ਜਿਹੜੀ ਜੰਮੂ ਐਂਡ ਕਸ਼ਮੀਰ ਹੈ ਬਾਈਫਰਕੇਟ ਕੀਤੀ ਗਈ 2 ਯੂਨੀਅਨ ਟੈਰੇਟਰੀ ਵਿੱਚ ਜੇ ਕੇ ਐਂਡ ਲੱਦਾਖ ਦਿਸ ਇਜ਼ ਇੰਪੋਰਟੈਂਟ ਦੋ ਵਿੱਚ ਜੇ ਕੇ ਅਤੇ ਲੱਦਾਖ ਵਿੱਚ ਯੂਨੀਅਨ ਡਿਵਾਈਡ ਕੀਤੀ ਗਈ ਕਦੋਂ ਡਿਵਾਈਡ ਕੀਤੀ ਗਈ ਇਸਦਾ ਈਅਰ ਦਿੱਤਾ ਹੋਏਗਾ 5-6 ਅਗਸਤ 15 ਅਗਸਤ ਨਹੀਂ 5-6 ਅਗਸਤ ਜਦੋਂ ਪੋਲਿਸੀ ਬਣੀ ਨੈਸ਼ਨਲ ਐਜੂਕੇਸ਼ਨ ਪੋਲਿਸੀ ਬਣੀ ਹੈ ਇੱਕਦਮ ਪੋਲਿਸੀ ਬਣੀ ਇੱਕ ਐਂਡ ਜੇ ਐਂਡ ਕੇ ਨੂੰ ਯੂਨੀਅਨ ਟੈਰੇਟਰੀ ਬਣਾ ਦਿੱਤਾ ਗਿਆ ਉਦੋਂ ਬਹੁਤ ਕੁਛ ਹੋਇਆ ਕੋਵਿਡ ਦੇ ਵਿੱਚ ਹੈ ਨਾ ਰੀਓਰਗਨਾਈਜ਼ ਪਾਸ ਦਾ ਪਾਰਲੀਮੈਂਟ 8 ਯੂਨੀਅਨ ਟੈਰੇਟਰੀ ਹੁਣ ਹੋਏਗਾ ਮਤਲਬ 8 ਸਾਡਾ ਦੋ ਵਾਰ ਆ ਰਿਹਾ ਹੈ ਇਹ ਹੋ ਗਈਆਂ ਸਾਡੀਆਂ ਸਟੇਟ ਔਰ 8 ਹੋ ਗਈਆਂ ਸਟੇਟ 8 ਐਂਡ 8 ਯੂਨੀਅਨ ਟੈਰੇਟਰੀ ਯਾਦ ਹੋ ਗਿਆ ਔਰ 2020 ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪੋਲਿਸੀ ਵੀ ਬਣੀ ਔਰ ਇਹ ਵੀ ਡਿਵਾਈਡ ਹੋ ਗਿਆ ਯੂਨੀਅਨ ਟੈਰੇਟਰੀ ਅੰਡਮਾਨ ਨਿਕੋ ਬਾਰ ਆਈਲੈਂਡ ਪੋਰਟ ਬਲੇਅਰ ਉਹ ਕਿੰਨੇ ਛੋਟੇ ਛੋਟੇ ਆਈਲੈਂਡ ਹੈ ਦੇਖੋ ਕੁਦਰਤ ਨੇ ਕੀ ਬਣਾਇਆ ਹੈ ਚੰਡੀਗੜ੍ਹ ਦਾਦਰਾ ਨਗਰ ਹਵੇਲੀ ਦੀਫ ਦਮਨ ਦਿੱਲੀ ਨਿਊ ਦਿੱਲੀ ਜੰਮੂ ਐਂਡ ਕਸ਼ਮੀਰ ਮੇਰੇ ਖਿਆਲ ਸੀ ਲਕਸ਼ਮੀਦੀਪ ਕਮਰਾਵਤੀ ਇਹ ਯਾਦ ਰੱਖ ਲਿਓ ਇਹ ਪੁੱਛ ਸਕਦੇ ਹੈ ਨਾ ਇਹ ਯਾਦ ਰੱਖ ਸਕਦੇ ਹੋ ਪੌਂਡੀਚੇਰੀ ਹੈ ਲੱਦਾਖ ਲੇਹ ਲੱਦਾਖ ਗਏ ਹਾਂ ਲੇਹ ਲੱਦਾਖ ਜਾਂਦੇ ਹਾਂ ਮੈਂ ਲੇਹ ਜਾਣਾ ਲਕਸ਼ਦੀਪ ਸਿਰਫ ਯਾਦ ਰੱਖੋ ਬਾਕੀ ਮੇਰੇ ਖਿਆਲ ਈਜ਼ੀ ਹੈ ਓਕੇ ਦੈਟ ਇਜ਼ ਆਲ ਇਟ ਇਜ਼ ਅਬਾਊਟ ਜਨਰਲ ਅਵੇਅਰਨੈਸ 2022 ਜਿਹਦੇ ਨਾਲ ਐਸੋਸੀਏਟਡ 5-7 ਟੋਪਿਕ ਸੀ ਉਹਦੇ ਵਿੱਚ ਕਰਵਾਏ ਗਏ ਨੇ ਅਤੇ 6 ਸੈੱਟ ਹੋਰ ਤਿਆਰ ਨੇ 1-2 ਸੈੱਟ ਜੇ ਹੋਰ ਪਏ ਉਹ ਵੀ ਪਾ ਦਾਂਗਾ ਸੋ ਜੇ ਤਿਆਰੀ ਕਰਨੀ ਹੈ ਦੇਖ ਸਕਦੇ ਹੋ ਨਹੀਂ ਹੈ ਤਾਂ ਤੁਸੀਂ ਮੋਟੇ ਮੋਟੇ ਜਿਹੜੇ ਹੈ ਪਿਛਲੇ ਪੇਪਰ ਸੋਲਵ ਕਰ ਲਓ ਔਰ ਕਿਉਂਕਿ ਜੀ ਕੇ ਦਾ ਕੋਈ ਅੰਤ ਨਹੀਂ ਹੈ ਦੈਟ ਇਜ਼ ਵਾਈ ਉਹਨਾਂ 'ਤੇ ਸੈਪਰੇਟ ਵੀਡੀਓ ਬਣਾਈਆਂ ਸੀ ਪਰ ਯਾਦ ਰੱਖਣਾ ਤੁਹਾਨੂੰ ਅਗਲੇ ਟੈਟ ਵਿੱਚ ਸੀ ਟੈਟ ਪੀ ਟੈਟ ਵਿੱਚ ਅਤੇ ਯੂ ਜੀ ਸੀ ਨੈੱਟ ਵਿੱਚ ਇਹ ਜਨਰਲ ਨੌਲੇਜ ਬੇਸ਼ੱਕ ਹੈ ਕੰਮ ਆਏਗੀ ਟ੍ਰਾਂਸਫਰ ਹੁੰਦੀ ਹੈ ਥੈਂਕ ਯੂ ਡਾਕਟਰ ਧੀਰਜ ਸਿੰਘ